वाहिगुरु जी का खालसा, वाहिगुरु जी की फतेह। समूह संगता सारे जगत दे विच उन्हां नूं गुरु नानक साहब दे प्रकाश गुरपुरब ते बहुत बहुत वधाइयां। ਪੰਜਾਬ ਦੀ ਧਰਤੀ 'ਤੇ ਮੁੜ ਕੇ ਰਵਾਨਗੀ ਵਰਤਾਉਣ ਦੇ ਲਈ ਜੋ ਇੱਕੋ ਅੰਮ੍ਰਿਤਸਰ ਜੋ ਇੱਕ ਲਹਿਰ ਚੱਲੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਤੇ ਗੁਰੂ ਨਗਰੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਅਸੀਂ ਮਾਣ ਮਹਿਸੂਸ ਕਰਦੇ ਹਾਂ ਇਸ ਨਗਰ ਕੀਰਤਨ ਦੇ ਵਿੱਚ ਉਹਨਾਂ ਦੇ ਨਾਲ ਜੁੜ ਕੇ। ਸੋ ਸਾਰੀਆਂ ਸੰਗਤਾਂ ਜੋ ਨਗਰ ਕੀਰਤਨ 'ਚ ਸ਼ਾਮਿਲ ਹੋ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਦੇ ਜਿੰਨਾ ਅਸੀਂ ਗੁਰੂ ਸਾਹਿਬਾਂ ਦੀ ਪਾਲਕੀ ਦੇ ਅੱਗੇ ਸਫਾਈ ਦਾ ਖਿਆਲ ਰੱਖ ਰਹੇ ਹਾਂ ਉਨਾ ਹੀ ਨਗਰ ਕੀਰਤਨ ਦੇ ਪਿਛਲੇ ਪਾਸੇ ਵੀ ਸਫਾਈ ਦਾ ਖਿਆਲ ਰੱਖਿਆ ਜਾਵੇ। ਜਿਹੜੇ ਵਿਦਿਆਰਥੀ ਵੀਰ ਪਿਛਲੇ ਪਾਸੇ ਸਫਾਈ ਦੀ ਸੇਵਾ ਨਿਭਾਉਣਾ ਚਾਹੁੰਦੇ ਹਨ ਉਹ ਪਿਛਲੇ ਪਾਸੇ ਝਾੜੂਆਂ ਦੀ ਸੇਵਾ ਕਰ ਸਕਦੇ ਹਨ ਤਾਂ ਕਿ ਪਿਛਲੇ ਪਾਸੇ ਵੀ ਕੋਈ ਵੀ ਕੂੜਾ ਕਰਕਟ ਨਾ ਰਵੇ, ਹਰ ਪਾਸੇ ਸਾਫ਼ ਸੁਥਰਾ ਮਾਹੌਲ ਬਣਿਆ ਰਵੇ। ਇਹ ਜਿਹੜਾ ਟੀਚਾ ਹੈ, ਇਹ ਜਿਹੜਾ ਮੋਟੋ ਹੈ, ਅਸੀਂ ਇੱਥੋਂ ਯੂਨੀਵਰਸਿਟੀ ਤੋਂ ਬਾਹਰ ਵੀ ਲੈ ਕੇ ਜਾਣਾ ਹੈ, ਜਿੱਥੇ ਕਿਤੇ ਵੀ ਇਹੋ ਜਿਹੇ ਉਪਰਾਲੇ ਹੁੰਦੇ ਹਨ, ਤਾਂ ਕਿ ਜੋ ਜਿਸ ਧਰਤੀ ਦੇ ਉੱਤੇ ਹਰਿਮੰਦਰ ਸਾਜਿਆ, ਜਿਸ ਨੂੰ ਇਹ ਖਿਤਾਬ ਮਿਲਿਆ ਬਾਣੀ ਦੇ ਵਿੱਚ ਅੰਮ੍ਰਿਤਸਰ ਸਿਫਤੀ ਦਾ ਘਰ, ਉਸ ਧਰਤੀ ਨੂੰ ਅਸੀਂ ਨਾਯਾਬ ਬਣਾਈਏ, ਹੋਰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਅਸੀਂ ਮਾਣ ਮਹਿਸੂਸ ਕਰ ਰਹੇ ਹਾਂ, ਸਰਦਾਰ ਤਰਨਦੀਪ ਸਿੰਘ ਜੀ ਸਾਡੇ ਨਾਲ ਜੁੜੇ ਹਨ ਇੱਕੋ ਅੰਮ੍ਰਿਤਸਰ ਤੋਂ। ਸੋ ਅਸੀਂ ਅਗਾਂਹ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹਨਾਂ ਦਾ ਮੰਤਵ ਹੈ ਉਹਦੇ 'ਤੇ ਪੂਰੇ ਉਤਰ ਸਕੀਏ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਖਾਲਸਾ ਕਾਲਜ ਤੋਂ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸਵੇਰੇ 7 ਵਜੇ ਤੋਂ ਕੱਢਿਆ ਗਿਆ, ਜਿਹੜਾ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਟੋਕਿਆ, ਔਰ ਇਸ ਦੇ ਦੌਰਾਨ ਕੀਰਤਨ ਬਾਣੀ ਬੱਚੇ ਸਕੂਲਾਂ ਦੇ ਕਾਲਜਾਂ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਔਰ ਬੜੇ ਹੀ ਉਤਸ਼ਾਹ ਦੇ ਨਾਲ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਮੈਨੂੰ ਇਹ ਵੀ ਬਹੁਤ ਖੁਸ਼ੀ ਹੈ ਕਿ ਖਾਲਸਾ ਕਾਲਜ ਸੁਸਾਇਟੀ ਨੇ ਈਕੋ ਅੰਮ੍ਰਿਤਸਰ ਦੀ ਮਦਦ ਲੈ ਕੇ ਔਰ ਪੂਰਨ ਸਾਫ਼ ਸਫਾਈ ਦਾ ਪ੍ਰਬੰਧ ਕੀਤਾ ਤਾਂ ਜੋ ਨਾ ਸਿਰਫ ਗੁਰੂ ਸਾਹਿਬ ਦੀ ਸਵਾਰੀ ਦੇ ਅੱਗੇ ਸਾਫ਼ ਸਫਾਈ ਰੱਖੀ ਜਾਏ ਪਰ ਸਮੂਹ ਸਾਰੇ ਰਸਤੇ ਦੇ ਵਿੱਚ ਪਿੱਛੇ ਵੀ ਨਗਰ ਕੀਰਤਨ ਤੋਂ ਪਿੱਛੇ ਹਰ ਲੰਗਰ ਹਰ ਛਬੀਲ ਦੇ ਆਸ ਆਲੇ ਦੁਆਲੇ ਔਰ ਸੜਕਾਂ ਦੇ ਉੱਪਰ ਬਿਲਕੁਲ ਸਾਫ਼ ਸਫਾਈ, ਬਾਅਦ ਦੇ ਵਿੱਚ ਵੀ ਨਗਰ ਕੀਰਤਨ ਕ੍ਰੋਸ ਕਰਨ ਤੋਂ ਬਾਅਦ ਵੀ ਬਿਲਕੁਲ ਸਾਫ਼ ਸਫਾਈ ਦਾ ਪ੍ਰਬੰਧ ਕੀਤਾ ਗਿਆ। ਨਾ ਸਿਰਫ ਈਕੋ ਅੰਮ੍ਰਿਤਸਰ ਦੀਆਂ ਟੀਮਾਂ ਪਰ ਕਾਲਜਾਂ ਦੇ ਬੱਚਿਆਂ ਦੇ ਕਾਲਜ ਅਤੇ ਸਕੂਲਾਂ ਦੇ ਬੱਚਿਆਂ ਨੇ ਵੀ ਜੁਆਇਨ ਕੀਤਾ, ਸੰਗਤ ਨੇ ਵੀ ਜੁਆਇਨ ਕੀਤਾ, ਮਿਊਂਸਪਲ ਕਾਰਪੋਰੇਸ਼ਨ ਦੀਆਂ ਵੀ ਟੀਮਾਂ ਨਾਲ ਜੁਆਇਨ ਕੀਤੀਆਂ ਔਰ ਬਹੁਤ ਹੀ ਉਤਸ਼ਾਹ ਨਾਲ ਸਾਰਿਆਂ ਨੇ ਅੱਜ ਦਾ ਕਾਰਜ ਜਿਹੜਾ ਹੈਗਾ ਸਮੇਟਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਜਾਬ ਐਂਡ ਸਿੰਧ ਬੈਂਕ ਦੇ ਇੱਕ ਉਪਰਾਲੇ ਵੱਲੋਂ ਜੋ ਕਿ ਖਾਲਸਾ ਕਾਲਜ ਔਰ ਚੀਫ ਖਾਲਸਾ ਦੀਵਾਨ ਦੇ ਸਕੂਲਾਂ ਦੇ ਬੱਚਿਆਂ ਦਾ ਇੱਕ ਨਗਰ ਕੀਰਤਨ ਨਿਕਲਦਾ ਹੈ ਉਸਦੇ ਵਾਸਤੇ, ਕਿਉਂਕਿ ਉਹ ਤੁਰ ਕੇ ਆਉਂਦੇ ਹੈ, ਉਹਨਾਂ ਦੇ ਵਾਸਤੇ ਅਸੀਂ ਪਾਣੀ ਦੀ ਸੇਵਾ ਅਤੇ ਨਾਲ ਥੋੜ੍ਹਾ ਜਿਹਾ ਪ੍ਰਸ਼ਾਦ ਦੀ ਸੇਵਾ ਦਾ ਅੱਜ ਅਸੀਂ ਇੱਥੇ ਇੰਤਜ਼ਾਮ ਕੀਤਾ ਸੀ ਆਪਣੇ ਬੈਂਕ ਦੇ ਅੱਗੇ ਹਾਲ ਬਾਜ਼ਾਰ ਦੇ ਵਿੱਚ। ਅਸੀਂ ਉਸ ਦੌਰਾਨ, ਕਿਉਂਕਿ ਬੱਚੇ ਬਹੁਤ ਜ਼ਿਆਦਾ ਸੀ, ਕਰੀਬ ਗਿਣਤੀ ਵਿੱਚ ਮੇ ਵੀ 10-12-15 ਹਜ਼ਾਰ ਦੇ ਕਰੀਬ ਹੋਣਗੇ, ਅਤੇ ਪਾਣੀ ਦਾ ਸਪਲਾਈ ਉਹਨਾਂ ਸਭ ਨੂੰ ਗਲਾਸਾਂ 'ਚ ਦਿੱਤੀ, ਪਰ ਇੱਥੇ ਗੰਦ ਬਹੁਤ ਪੈ ਗਿਆ ਸੀਗਾ, ਬੱਚੇ ਗਲਾਸ ਪਾਣੀ ਪੀ ਕੇ ਗਲਾਸ ਸੁੱਟੀ ਜਾਂਦੇ ਸੀ। ਅਸੀਂ ਕੁਛ ਕੋਸ਼ਿਸ਼ ਵੀ ਕੀਤੀ ਉਹਨੂੰ ਘਟਾਉਣ ਦੀ, ਪਰ ਸਾਰੀ ਸੜਕ ਵਿੱਚ ਕਾਫੀ ਖਲਾਰਾ ਪੈ ਗਿਆ ਸੀ। ਥੋੜ੍ਹੀ ਦੇਰ ਬਾਅਦ ਹੀ ਅਸੀਂ ਜਦੋਂ ਦੁਬਾਰਾ ਜਾ ਕੇ ਦੇਖਿਆ ਹੈਗਾ ਅਤੇ ਉਹ ਬਿਲਕੁਲ ਉਸੇ ਪੋਜੀਸ਼ਨ ਸੀ ਜਦੋਂ ਬਿਲਕੁਲ ਸਾਫ਼ ਸੜਕ ਹੋਈ ਪਈ ਹੈਗੀ ਹੈ। ਉਸਦੇ ਵਾਸਤੇ ਮੈਨੂੰ ਦੱਸਿਆ ਗਿਆ ਹੈਗਾ, ਮੈਂ ਅੱਜ ਮਿਲੇ ਹੈ ਵੀ ਜਿਹੜੇ ਈਕੋ ਅੰਮ੍ਰਿਤਸਰ ਜਿਹੜੀ ਹੈਗੀ ਹੈ ਇੱਕ ਸੰਸਥਾ, ਉਹਨਾਂ ਦੇ ਵਰਕਰ ਨੇ ਇੱਥੇ ਬਹੁਤ ਅੱਛਾ ਕੰਮ ਕੀਤਾ, ਨਾਲੋਂ ਨਾਲ ਆਪਣੇ ਵੱਡੇ ਲਿਫਾਫਿਆਂ ਦੇ ਵਿੱਚ ਸਾਰੇ ਲਿਫਾਫੇ ਉਹ ਗਲਾਸ ਚੱਕ ਕੇ ਡੂਨੇ ਚੱਕ ਕੇ ਲਿਫਾਫੇ ਬਿਲਕੁਲ ਸਾਫ਼ ਕਰ ਦਿੱਤਾ ਹੈ। ਮੈਂ ਉਹਨਾਂ ਦਾ ਬਹੁਤ ਧੰਨਵਾਦ ਹਾਂ ਔਰ ਆਸ ਕਰਦਾ ਹਾਂ
ਕਿ ਇਹਨਾਂ ਨੂੰ ਪਰਮਾਤਮਾ ਬਖਸ਼ਿਸ਼ ਕਰੇ, ਇਹ ਅੱਗੇ ਨੂੰ ਵੀ ਇਸ ਤਰ੍ਹਾਂ ਦੀ ਸੇਵਾ ਕਰਕੇ ਆਪਣੇ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਇਹਨਾਂ ਨੂੰ ਸਾਫ਼ ਸੁਥਰਾ ਰੱਖਣ, ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਕੋਈ ਇਹੋ ਜਿਹਾ ਉਪਰਾਲਾ ਕਰੀਏ ਤਾਂ ਉਹਦੇ ਵਿੱਚ ਘੱਟ ਤੋਂ ਘੱਟ ਅਸੀਂ ਉਹਨਾਂ ਹਦਾਇਤਾਂ ਨੂੰ ਦੇਖੀਏ ਜਿੱਥੇ ਇਕੋ ਫਰੈਂਡਲੀ ਚੀਜ਼ਾਂ ਨੂੰ ਇਸਤੇਮਾਲ ਕਰੀਏ ਤਾਂ ਕਿ ਇਹ ਨਗਰ ਦੀ ਸਫਾਈ ਦਾ ਜਿਹੜਾ ਹੈਗਾ ਅਸੀਂ ਵੀ ਸਾਰਿਆਂ ਦੇ ਯੋਗਦਾਨ ਪਾਈਏ। ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਥੈਂਕ ਯੂ ਵੈਰੀ ਮੱਚ।